ਮੇਰਾ ਪੁਤਲਾ ਮਿੱਟੀ ਨੂੰ ਰੋਂਦਾ ਘੁੰਮ ਗਏ ਕਰਾਂ ਦੇ ਬਾਰ ਜਿਹੜੀ ਆ 1947 ਦੀ ਵੰਡ ਹੈ ਉਹ ਤੁਸੀਂ ਆਪਣੇ ਅੱਖੀ ਦੇਖੀ ਹਰ ਹਾਈ ਪ੍ਰਮਾਤਮਾ ਦਾ ਜੀ ਪਾਚਾ ਮੇਰਾ ਉਹ ਵੀ ਨਾ ਵੀ ਭਰਾਵਾ ਜਨਾਨੀਆਂ ਇਹਨਾਂ ਨੇ ਆਖਿਆ ਵੀ ਸਾਡੀਆਂ ਜਨਾਨੀਆਂ ਮੋੜ ਦਿਓ ਉਹਨੇ ਆਖਿਆ ਸਾਡੀਆਂ ਜਨਾਨੀਆਂ ਮੋੜ ਦਿਓ ਮਾੜੇ ਮਾੜੇ ਨਾਲ ਕਿਸੇ ਨੇ ਕਿਵੇਂ ਕਰਤਾ ਕਿਸੇ ਨੇ ਕਿਵੇਂ ਕਰਤਾ ਟਰੱਕ ਕਢਾ ਕੇ ਅਤੇ ਅੰਮ੍ਰਿਤਸਰ ਲਾ ਕੇ ਫਿਰ ਗੱਡੀ ਚੜ੍ਹ ਗਈ ਮੈਂ ਅਤੇ ਮੇਰੀ ਮਾਂ ਅਤੇ ਮੇਰਾ ਪਿਓ ਅਤੇ ਦੋਵੇਂ ਭਰਾ ਅਤੇ ਭੈਣ ਇੱਥੇ ਆ ਗਏ ਸੀ ਫਰੀਦਕੋਟ ਮੁਸਲਮਾਨ ਦਾ ਘਰ ਸੀਗਾ ਅਤੇ ਫਿਰ ਮੈਂ ਸੀ ਮਾਂ ਪਿਓ ਦੇ ਨਾਲ ਮੇਰੀ ਮਾਂ ਨੇ ਸਾਰਾ ਕੰਮ ਕਰਾ ਦਿੰਦੀ ਸੀ ਮੁਸਲਮਾਨ ਸੀ ਹਾਂ ਮੁਸਲਮਾਨੀਆਂ ਅਤੇ ਉਹ ਝੋਟੀ ਫੜਾ ਦਿੱਤੀ ਮੂਨ ਵਰਗੀ ਝੋਟੀ ਅੱਜ 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 15,000 ਮੰਗਦਾ ਮੁਸਲਮਾਨ ਪਰਿਵਾਰ ਨੂੰ ਹਾਂ ਅੱਛਾ ਜੀ ਯਾਦ ਆਉਂਦੀ ਹੈ ਮਾਂ ਬਾਪ ਦੀ ਜਾਂ ਤੁਹਾਡਾ ਪਰਿਵਾਰ ਜਿਹੜਾ ਵਿੱਚ ਯਾਦ ਆਉਂਦੀ ਹੈ ਕਦੇ ਉਹਨਾਂ ਨੂੰ ਯਾਦ ਤਾਂ ਹੁੰਦੀ ਹੈ ਆਉਂਦੀ ਹੈ ਨਾ ਆਪਦੇ ਮਾਂ ਪਿਓ ਆਪਦੇ ਹੀ ਆਟੇ ਦੀਆਂ ਕੋਈ ਚਿੜੀਆਂ ਨੂੰ ਆਖੋ ਉੱਡ ਕੇ ਹੀ ਆ ਜੋ ਇੱਕ ਵਾਰ ਅਵਾਜੀ ਕੌਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਜਾਨੀ ਕਿ ਸਨੀ ਮਾਨ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ 1947 ਦੀ ਵੰਡ ਨੂੰ ਸਾਡੇ ਦੇਸ਼ ਦੇ ਦੌਫਾੜ ਹੋਣ ਨੂੰ 73 ਵਰੇ ਬੀਤ ਚੁੱਕੇ ਨੇ ਪਰ ਉਹ ਸਮੇਂ ਦਾ ਦਰਦ ਅਜੇ ਸਾਡੇ ਦਿਲਾਂ 'ਚ ਨਹੀਂ ਗਿਆ ਕੁਝ ਬਜ਼ੁਰਗ ਸਾਡੇ ਵਿਚਕਾਰ ਅਜਿਹੇ ਨੇ ਜਿਨ੍ਹਾਂ ਨੇ ਉਸ ਮੰਜ਼ਰ ਨੂੰ ਆਪਣੀਆਂ ਅੱਖੀਂ ਦੇਖਿਆ ਅਸੀਂ ਅੱਜ ਤੁਹਾਡੀ ਮੁਲਾਕਾਤ ਕਰਾਵਾਂਗੇ ਇੱਕ ਅਜਿਹੀ ਸ਼ਖਸੀਅਤ ਦੇ ਨਾਲ ਜਿਨ੍ਹਾਂ ਨੇ ਆਪਣੇ ਤਨ 'ਤੇ ਬਹੁਤ ਦਰਦ ਹੰਡਾਏ ਨੇ ਮੁਲਾਕਾਤ ਕਰਾਉਂਦੇ ਹਾਂ ਬਾਬਾ ਜੀ ਮਹਿੰਦਰ ਸਿੰਘ ਦੇ ਨਾਲ ਤੁਹਾਡਾ ਪਿਛੋਕੜ ਕਿੱਥੋਂ ਦਾ ਹੈ ਖਾਸ ਲਾਹੌਰ 'ਤੇ ਕਿਰਾਏ 'ਤੇ ਰਹਿੰਦੇ ਸੀ ਉਦੋਂ ਅੱਛਾ ਹਾਂਜੀ ਜਿਹੜੀ 1947 ਦੀ ਵੰਡ ਹੈ ਹਾਂ ਉਹ ਤੁਸੀਂ ਆਪਣੇ ਅੱਖੀਂ ਦੇਖੀ ਹਾਂਜੀ ਹਰ ਹਾਈ ਪ੍ਰਮਾਤਮਾ ਸੱਚੇ ਪਾਤਸ਼ਾਹ ਮੇਰਾ ਉਹ ਵੀ ਨਾ ਵੀ ਭਰਾਵਾ ਸੱਚੇ ਪਾਤਸ਼ਾਹ ਤੁਸੀਂ ਆਪਦਾ ਖਾਣਾ ਲੈਣਾ ਖਾਣਾ ਮੈਂ ਆਪਦਾ ਖਾਣਾ ਹਾਂਜੀ ਹਾਂਜੀ ਤੁਹਾਡੇ ਪਰਿਵਾਰ 'ਚ ਕੌਣ ਕੌਣ ਸੀ ਮੈਂ ਅਤੇ ਮੇਰੀ ਮਾਂ ਅਤੇ ਮੇਰਾ ਪਿਓ ਅੱਛਾ ਅਤੇ ਦੋਵੇਂ ਭਰਾ ਅਤੇ ਭੈਣ ਇੱਥੇ ਆ ਗਏ ਸੀ ਫਰੀਦਕੋਟ ਮੁਸਲਮਾਨ ਦਾ ਘਰ ਸੀਗਾ ਅਤੇ ਫਿਰ ਮੈਂ ਸੀ ਮਾਂ ਪਿਓ ਦੇ ਨਾਲ ਅੱਛਾ ਫਿਰ ਮੇਰੇ ਮਾਸਲ ਕੋਲੇ ਨਾ ਬਰੈਨਗਨ ਸੀ ਅੱਛਾ ਜੀ ਅਸੀਂ 4-5 ਘਰ ਰਲ ਕੇ ਟਰੱਕ ਕਢਾਇਆ ਟਰੱਕ ਕਰਾ ਕੇ ਭਾਈ ਕਹਿੰਦਾ ਆਪਾਂ 4-5 ਘਰ ਆਉਂਦੇ ਮਾੜੇ ਮਾੜੇ ਨਾਲ ਕਿਸੇ ਨੇ ਕਿਵੇਂ ਕਰਤਾ ਕਿਸੇ ਨੇ ਕਿਵੇਂ ਕਰਤਾ ਟਰੱਕ ਕਢਾ ਕੇ ਅਤੇ ਅੰਮ੍ਰਿਤਸਰ ਲਾ ਕੇ ਫਿਰ ਗੱਡੀ ਚੜ੍ਹ ਗਈ ਅੱਛਾ ਜੀ ਮਾੜਾ ਚੜ੍ਹੇ ਪਾਣੀ ਪੀਣਾ ਸੀ ਪੂਰੇ ਤਰਸਦਾ ਫਿਰ ਉਹਦੀ ਆਹ ਵੱਜੀ ਗੋਲੀ ਵਿੱਚ ਫਿਰ ਆ ਕੇ ਡਿੱਗ ਗਿਆ ਅੰਗਰੇਜ਼ ਦੇ ਹਾਂ ਅੱਛਾ ਜੀ ਉਦੋਂ ਅੰਗਰੇਜ਼ਾਂ ਦੇ ਰਾਜ ਸੀ ਅੱਛਾ ਉਦੋਂ ਤੁਹਾਡੀ ਉਮਰ ਕਿੰਨੀ ਸੀ ਉਮਰ ਸੀ ਮੈਂ ਨਿਆਣਾ ਸੀ ਜੀ 10-15 ਸਾਲ ਦਾ ਹੋਊਗਾ ਅੱਛਾ ਜੀ ਨਿਆਣਾ ਸੀ ਜਦੋਂ ਤੁਸੀਂ ਆਪਣੇ ਪਰਿਵਾਰ ਤੋਂ ਵਿਛੜੇ ਸੀ ਉਹ ਕਿਹੜੀ ਜਗ੍ਹਾ ਸੀ ਜਗ੍ਹਾ ਜੀ
ਲਾਹੌਰ ਸੀਗਾ, ਅਸੀਂ ਤਾਂ ਲਾਹੌਰ ਰਹਿ ਗਏ ਸੀਗੇ। ਅਤੇ ਜਦੋਂ ਹੱਲੇ ਗੁੱਲੇ ਵੇਲੇ ਫਿਰ ਮੇਰਾ ਜਿਵੇਂ ਭਰਾ ਅਤੇ ਭੈਣ ਇੱਥੇ ਆ ਗਏ ਫਰੀਦਕੋਟ। ਅੱਛਾ ਜੀ। ਅਤੇ ਫਿਰ ਅਸੀਂ ਹੌਲੀ 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 ਅਸੀਂ ਵੀ ਇੱਥੇ ਆ ਗਏ ਸੀਗੇ। ਅੱਛਾ ਜੀ। ਅਤੇ ਪਰ ਉਹ ਟਾਈਮ ਨਾ ਆ ਗਏ ਜਦੋਂ ਲਾਹੌਰ ਤੋਂ ਤੁਸੀਂ ਆ ਗਏ ਆਪਣਾ ਭਾਰਤ ਆ ਗਏ ਸੀਗੇ। ਹਾਂਜੀ। ਇੱਥੇ ਆ ਕੇ ਤੁਸੀਂ ਕਿੱਥੇ ਰਹੇ ਪਹਿਲਾਂ ਆ ਕੇ? ਅੱਛਾ, ਫਰੀਦਕੋਟ। ਅੱਛਾ, ਫਰੀਦਕੋਟ ਤੋਂ ਬਾਅਦ? ਫਰੀਦਕੋਟ ਫਿਰ ਮੈਂ ਇੱਥੇ ਉਹ ਮੈਂ ਵਕੀਲ ਦੇ ਨਾਲ ਕੰਮ ਕਰਦਾ ਸੀਗਾ। ਅੱਛਾ ਜੀ। ਉਹ ਸਿਰਫ ਤੁਹਾਡੇ ਵਾਂਗੂ ਮੁੰਡਾ ਸੀਗਾ ਅਤੇ ਉਹ ਨਿਆਣਾ ਸੀਗਾ, ਮੇਰਾ ਲੜ ਪਿਆ। ਮਗਰ ਤੂੰ ਇੱਥੇ ਦਰਜ ਕਹਿ ਦੇਣਾ ਮੇਰੇ ਖੇਤ ਨਾਲ, ਮੈਂ ਇੱਥੇ ਖੇਤ ਕੀ ਲੈਣਾ ਵਾ। ਬੀਬੀ ਅਤੇ ਕਰਮਜੀਤ ਨਿੱਕਾ ਮੁੰਡਾ ਅਤੇ ਬਾਬੂ ਜੀ ਆਪ ਗਏ ਟੋਲਾ। ਇਹ ਤਾਂ ਭਾਈ ਸਾਡਾ ਆਪਣੇ ਸ਼ਿਲਮ ਪੁੱਟਤਾ ਮਿੰਦਰ ਕਾਪੀ ਚੀਜ਼ ਆ ਗੋਭੀ ਵੇਚਣੀ ਆ ਨਾ ਜੇ ਕੋਈ ਸਬਜ਼ੀ ਵੇਚਣੀ ਆ ਕਾਪੀ 'ਤੇ ਲਿਖਿਆ ਵਾ ਮੈਨੂੰ ਮੈਂ ਤਾਂ ਡਰ ਗਿਆ ਪਰ ਤੈਨੂੰ ਸਾਫ ਜਾਂ ਬੁਲਾਇਆ। ਜਿਹੜਾ ਪਾਕਿਸਤਾਨ ਦੇ ਵਿੱਚ ਤੁਹਾਡਾ ਪਰਿਵਾਰ ਸੀ ਉੱਥੇ ਤੁਹਾਡਾ ਕੋਈ ਆਸ ਗੁਆਂਢ ਹੋਊਗਾ ਕੋਈ ਸਿੱਖ ਜਾਂ ਮੁਸਲਮਾਨਾਂ ਦੇ ਘਰ ਸੀ ਉਹਨਾਂ 'ਚ ਕਿਸੇ ਦਾ ਯਾਦ ਆ ਤੁਹਾਨੂੰ ਨਾਂ ਯਾਦ ਆ ਕੁਛ ਕੋਈ? ਛਾੜੀਆ ਦਾ ਨਾਂ ਸੀ ਜਿਹੜਾ ਸਾਡੇ ਕੰਮ ਕਰਦਾ ਸੀਗਾ। ਅੱਛਾ ਜੀ। ਉਹਦੇ ਨਾਂ ਛਾੜੀ ਸੀਗਾ। ਛਾੜੀ? ਹਾਂ। ਠੀਕ ਹੈ ਜੀ। ਅਤੇ ਇਕੱਲੀ ਰੋਟੀ ਖਾਣੀ ਆ, ਨਾ ਪੈਸਾ ਨਹੀਂ ਮੰਗਣਾ, ਡਾਕਰ ਨਹੀਂ ਮੰਗਣਾ, ਆਣ ਕੇ ਲੱਸੀ ਪੀਣੀ ਆ। ਅਸੀਂ ਲੱਸੀ ਪਾਏ ਚੰਗਾ ਫਿਰ ਫਿਰ ਸਾਡੇ ਕਠੋਲ ਜਨ ਸੀਗੀਆਂ ਅਸੀਂ ਖੇਡੀ ਜਾਂਦੇ ਖੇਡੀ ਜਾਂਦੇ ਫਿਰ ਆਪਦਾ ਵਿਚਾਰਾ ਕੰਮ ਕਰਦਾ। ਕੋਈ ਇਹੋ ਜਿਹਾ ਸੀਨ ਜਾਂ ਤੁਸੀਂ ਆਪਦੀਆਂ ਅੱਖਾਂ ਨਾਲ ਦੇਖਿਆ ਜਿਵੇਂ ਆਪਾਂ ਸੁਣਿਆ ਸੀਗਾ ਵੀ ਉਦੋਂ ਬਹੁਤ ਵੱਢ ਢੁੱਕ ਹੋਈ ਸੀ ਹਿੰਦੂ ਮੁਸਲਮਾਨ ਨਾਲ ਆਪਸ ਦੇ ਵਿੱਚ ਜਿਹੜਾ ਲੜਾਈ ਝਗੜਾ ਹੋਇਆ ਸੀ ਉਹ ਤੁਸੀਂ ਆਪਦੀਆਂ ਅੱਖਾਂ ਨਾਲ ਦੇਖਿਆ? ਹਾਂਜੀ ਹਾਂ, ਦੇਖਿਆ ਮੈਂ, ਦੇਖਿਆ ਮੈਂ। ਉਹਦੇ ਬਾਰੇ ਸਾਨੂੰ ਥੋੜ੍ਹਾ ਛਾਣਾ ਪੈਣਾ, ਮੈਂ ਝੂਠ ਨਹੀਂ ਮੰਨਦਾ ਪਰ ਆਹ ਟਾਈਮ ਨਾ ਆਏ ਭਾਈ। ਅੱਛਾ। ਨਾ ਕੋਈ ਥਾਣਾ, ਨਾ ਕੋਈ ਪੁਲਿਸ, ਨਾ ਕੋਈ ਪਾਪ ਕਿਤੇ ਫਾਦੇ ਇੱਧਰ ਜਦੋਂ ਤੁਸੀਂ ਆਪਣਾ ਮਾਨਸਾ ਆਏ ਇੱਲਾਂ ਬੜੀਆਂ ਕੂਕਦੀਆਂ ਸੀ, ਤਾਰੇ ਬੜੇ ਟੁੱਟਦੇ ਸੀ, ਇੱਧਰਲੇ ਪਾਸੇ ਰੱਬ ਲਾਲ ਹੀ ਲਾਲ ਦਿੰਦਾ, ਐਡੀ ਕਰੋਪੀ ਸੀ ਦੁਨੀਆਂ 'ਚ, ਬਰਸਾਤ ਬਹੁਤ ਪੈਂਦੀ ਸੀ, ਤਾਰੇ ਬੜੇ ਟੁੱਟਦੇ ਸੀ, ਇੰਨੀ ਕਰੋਪੀ ਸੀ ਦੁਨੀਆਂ 'ਚ। ਜਦੋਂ ਤੁਸੀਂ ਭਾਰਤ ਆਏ ਇੱਥੇ ਆ ਕੇ ਤੁਸੀਂ ਕੀ ਕੰਮ ਕਾਰ ਸ਼ੁਰੂ ਕੀਤਾ ਜਾਂ ਤੁਹਾਨੂੰ ਜ਼ਮੀਨ ਮਿਲੀ ਸੀ ਇੱਧਰ ਆ ਕੇ? ਜੀ ਜ਼ਮੀਨ ਨਹੀਂ, ਇਹ ਤਾਂ ਵੱਡਾ ਭਰਾ ਸਾ ਮੇਰਾ ਰੇਲਵੇ 'ਚ ਲੱਗਾ ਸੀਗਾ। ਅੱਛਾ ਜੀ। ਫਿਰ ਉਹਨੂੰ ਚਿੱਠੀ ਆਈ ਅਤੇ ਉੱਥੇ ਕਾਲਖਾਨ ਚਲੇ ਗਏ ਸੀ, ਇੰਨੀ ਮਿੱਟੀ ਨਹੀਂ ਸ਼ਨਾਖਤ ਵੀ ਉੱਥੇ, ਮੈਂ 4 ਸਾਲ ਕੱਟੇ। ਅੱਛਾ। ਪਹਾੜ ਹੀ ਪਹਾੜ ਆ, ਇੰਨੀ ਮਿੱਟੀ ਵੀ ਨਹੀਂ ਸ਼ਨਾਖਤ ਹੋਈ, 4 ਸਾਲ ਮੈਂ ਕੱਟੇ ਆ। ਉਸ ਤੋਂ ਬਾਅਦ ਸਾਡੀ ਤੁਹਾਡੀ ਅਗਲੀ ਜੀਵਨ ਬਾਰੇ ਸਾਨੂੰ ਦੱਸੋ ਵੀ ਜਦੋਂ ਤੁਸੀਂ ਇੱਧਰ ਆ ਗਏ ਤੁਹਾਡਾ ਅੱਗੇ ਵਿਆਹ ਹੋਇਆ ਅਤੇ ਬੱਚੇ, ਉਹ ਜੀਵਨ ਬਾਰੇ ਸਾਨੂੰ ਥੋੜ੍ਹਾ ਦੱਸੋ ਜੀ। ਮੇਰੇ ਵੱਡੇ ਭਰਾ ਦਾ ਤਾਂ ਵਿਆਹ ਫਰੀਦਕੋਟ ਹੋਇਆ ਸੀ। ਅੱਛਾ ਜੀ। ਅਤੇ ਫਿਰ ਵੱਡੇ ਨੇ ਫਿਰ ਇਹਨੂੰ ਉੱਥੇ ਭਰਤੀ ਕਰਾ ਦਿੱਤਾ ਸੀਗਾ ਰੇਲਵੇ 'ਚ। ਅੱਛਾ ਜੀ। ਅਤੇ ਉਹ ਵੀ ਇੱਥੇ ਚਲਾ ਗਿਆ, ਫਿਰ ਇੱਥੇ ਤਰਨ ਤਾਰਨ ਰਿਸ਼ਤਾ ਮਿਲਿਆ ਅਤੇ ਫਿਰ ਇੱਥੇ ਇਹਦਾ ਵਿਆਹ ਕਰਦੇ ਸੀ ਬੁਰਨ ਦਾ। ਉਹ ਪਤਾ ਨਹੀਂ ਕਿਹੜਾ ਵੱਡਾ ਅਤੇ ਕਿਹੜਾ ਛੋਟਾ, ਤੈਨੂੰ ਉੱਥੇ ਜਾ ਕੇ ਪਤਾ ਲੱਗੂਗਾ। ਪੂਰਨ ਤੁਹਾਡੇ ਵੱਡੇ ਭਰਾ ਦਾ ਨਾਲ? ਹਾਂਜੀ ਹਾਂ, ਮੈਂ ਸਾਰਿਆਂ ਨੂੰ ਛੋਟਾ ਸੀ। ਅੱਛਾ। 1947 ਦੀ ਵੰਡ ਤੋਂ ਪਹਿਲਾਂ ਜਿਹੜੇ ਮੁਸਲਮਾਨ ਅਤੇ ਸਿੱਖ ਹਿੰਦੂ ਸੀ ਆਪਸ ਵਿੱਚ ਰਲ ਮਿਲ ਕੇ ਰਹਿੰਦੇ ਸੀ? ਹਾਂ, ਪੂਰੇ ਰਲ ਮਿਲ ਕੇ ਰਹਿੰਦੇ ਮੁਸਲਮਾਨੀ, ਇੱਕ ਮੇਰੇ ਚਾਚੇ ਲਿਆਂਦੀ, ਇੱਕ ਮੇਰੇ ਮਾਂ ਮਿਲ ਲੈਂਦੀ, ਅਤੇ ਮਸੀਹ ਜੀ ਮਸੀਹ ਜੀ ਮਸੀਹ ਜੀ ਕਰਕੇ ਘੁੰਗਣੀਆਂ ਤੋਂ ਟੋਰ ਪਾ ਸੀ, ਅਤੇ ਘੁੰਗਣੀ ਦੀ ਕੌਲੀ ਅੱਜ ਇੱਕ ਸ਼ੱਕਰ ਦੀ ਕੌਲੀ ਇੱਕ ਜੀ। ਅੱਛਾ। ਅਤੇ ਕਿੱਥੇ ਨਾ ਮੇਰਾ ਪਿਓ ਬੋਲਿਆ, ਨਾ ਮੇਰਾ ਭਰਾ ਬੋਲਿਆ, ਨਾ ਮੇਰਾ ਮਾਸਟਰ ਬੋਲਿਆ, ਅਤੇ ਊਂ ਝੋਟੀ ਫੜਾ ਦਿੱਤੀ ਮੂਨ ਵਰਗੀ ਝੋਟੀ, ਅੱਜ 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 15,000 ਮੰਗਦਾ ਮੁਸਲਮਾਨ ਪਰਿਵਾਰ ਨੂੰ। ਹਾਂ। ਅੱਛਾ ਜੀ। ਦਸ ਸਾਰੀ ਹੈ ਕਿ ਤੂੰ ਇਹ ਲੈ ਜਾ ਅਤੇ ਜਿਹੜੀਆਂ ਵਿਕੀਆਂ ਦੇ ਦਿੱਤੀਆਂ, ਅਤੇ ਉਹ ਬਸ
ਚੰਗਾ ਮਾਸੀ ਜੀ ਹੁਣ ਤਾਂ ਨਹੀਂ ਮੁੜਦੇ, ਮਾਸੀ ਜੀ ਹੁਣ ਤਾਂ ਨਹੀਂ ਮੁੜਦੇ, ਫਿਰ ਅਸੀਂ ਲਾਹੌਰ ਆ ਗਏ। ਭਾਰਤ ਆਉਣ ਤੋਂ ਬਾਅਦ 'ਚ ਤੁਹਾਡੇ ਕੋਈ ਉੱਧਰ ਕਿਸੇ ਨਾਲ ਗੱਲ ਹੋਈ ਹੈ ਕਦੇ? ਨਾ ਜੀ ਨਾ, ਕੋਈ ਗੱਲ ਨਹੀਂ, ਕੋਈ ਗੱਲ ਨਹੀਂ ਨਾ। ਅੱਛਾ, ਪਾਕਿਸਤਾਨ ਦੇ ਵਿੱਚ ਤੁਹਾਨੂੰ ਉਹ ਸੀਨ ਯਾਦ ਹੋਣਗੇ ਜਿੱਥੇ ਤੁਸੀਂ ਜੰਮੇ ਪਲੇ, ਉਹ ਜਗ੍ਹਾ ਤੁਹਾਡੇ ਯਾਦ ਹੈ? ਜੀ ਜੰਮੇ ਪਲੇ ਪਰ ਮੈਂ ਤਾਂ ਉਹ ਵੇਲੇ ਨਾ ਵੀ ਸਾਨੂੰ ਪਤਾ, ਮੈਂ ਨਿੱਕਾ ਜਿਹਾ ਸੀਗਾ ਅਤੇ ਬਾਜ਼ੀਆਂ ਖੇਡੀ ਕਹਿੰਦਾ, ਕਦੇ ਕੋਲੇ ਕੁਛ ਬਣਾ ਲਿਆ, ਕਦੇ ਕੁਛ ਬਣਾ ਲਿਆ, ਅਤੇ ਮੇਰੇ ਭਾਈ ਦੇ ਦੋ ਟੱਬਰ ਸੀ। ਅੱਛਾ, ਲੜਕੀ ਵੀ ਹੋਈ ਅਤੇ ਮੈਂ ਬੱਚਾ ਸੀਗਾ, ਮਾਸੀ ਦਾ ਮੁੰਡਾ ਤਾਂ ਮੁੰਡੇ ਬਣਾਉਂਦਾ, ਮਾਸੀ ਦਾ ਮੁੰਡਾ ਤਾਂ ਮੁੰਡੇ ਬਣਾਉਂਦਾ, ਮੈਂ ਖੇਡੀ ਜਾਂਦਾ ਛਤਰੀ ਦੇ ਥੱਲੇ, ਉਦੋਂ ਟਾਈਮ ਹੋ ਜਾਓ ਸੀਗਾ ਕਾਲਜ ਦੇ ਥੱਲੇ, ਸ਼ਾਇਦ ਖੇਡੀ ਜਾਂਦਾ ਮੈਂ। ਚੱਲ ਮੇਰੀ ਮਾਂ ਆ ਜਾਂਦੀ, ਚੱਲ ਫਿਰ ਪਤਾ ਚੱਲੀਏ ਘਰ ਨੂੰ। ਇਹਨਾਂ ਨੇ ਜਨਾਨੀਆਂ, ਇਹਨਾਂ ਨੇ ਆਖਿਆ ਵੀ ਸਾਡੀਆਂ ਜਨਾਨੀਆਂ ਮੋੜ ਦਿਓ, ਉਹਨੇ ਆਖਿਆ ਸਾਡੀਆਂ ਜਨਾਨੀਆਂ ਮੋੜ ਦਿਓ। ਅੱਛਾ, ਆਖੇ ਪੁਰਾਣੀਆਂ ਗੱਲਾਂ ਨਾ ਕਰੋ, ਉਹ ਕਹਿੰਦੇ ਟਾਂਡੀਆਂ ਨਾਲ ਕਹਿਣਾ ਲਾ, ਆਖੇ ਇਹ ਕਹਿੰਦੇ ਸਾਡੇ ਗੁਰਦੁਆਰੇ ਦੇ ਦਿਓ, ਉਹ ਕਹਿੰਦੇ ਸਾਡੀਆਂ ਮਸੀਤਾਂ ਦੇ ਦਿਓ। ਮੇਰੇ ਮਾਮੇ ਦੇ ਘਰ ਕੋਲ ਸੀ ਮਸੀਤ, ਉਹਨਾਂ ਨੂੰ ਆ ਕੇ ਦਿੰਦੀ। ਕੋਈ ਇਹੋ ਜਿਹਾ ਕੋਈ ਮੁਸਲਮਾਨ ਪਰਿਵਾਰ ਦਾ ਬੰਦਾ ਸੀ ਜਿਹੜਾ ਤੁਹਾਡਾ ਕੋਈ ਦੋਸਤ ਰਿਹਾ ਹੋਵੇ ਬੰਦਾ? ਜੀ ਉਹ ਸਾਰੀ ਸੀ ਸਾਡੀ ਮੁਸਲਮਾਨ ਲਗਾਇਆ ਚਾ। ਅੱਛਾ, ਤੁਸੀਂ ਪੜ੍ਹਾਈ ਕੀਤੀ ਹੋਈ ਹੈ? ਮੈਂ ਇੱਥੇ ਉੱਥੇ ਤਾਂ ਉਰਦੂ ਪੜ੍ਹਦੇ ਸੀ ਪਾਕਿਸਤਾਨ ਦੇ ਵਿੱਚ। ਹਾਂਜੀ, ਇੱਧਰ ਜਦੋਂ ਤੁਸੀਂ ਭਾਰਤ ਆ ਗਏ ਸੀ, ਇੱਥੇ ਫਿਰ ਤੁਸੀਂ ਅੱਗੇ ਪੜ੍ਹਾਈ ਆਪਦੀ ਕਿੱਥੋਂ ਸ਼ੁਰੂ ਕੀਤੀ? ਇੱਥੇ ਜੀ ਫਿਰ ਮੈਂ, ਮੇਰੇ ਮਾਂ ਪਿਓ ਨੇ ਸਕੂਲ ਚਲਾਤਾ ਸੀਗਾ। ਅੱਛਾ, ਅਤੇ ਮੈਂ ਨਿਆਣਾ ਸੀਗਾ ਅਤੇ ਕੋਈ ਕੰਮ ਨਹੀਂ ਚੱਲਦਾ, ਅਤੇ ਮੈਨੂੰ ਵਕੀਲ ਦੇ ਨਾਲ ਲਾਤਾ। ਠੀਕ ਹੈ, ਹਰੇਕ ਕੰਮ ਜਿੱਥੇ ਜਾਣਾ ਜੋ ਡਰ ਬੋਲ ਪਏ ਤਾਂ ਫਿਰ ਮੈਨੂੰ ਫਿਰ ਲੈ ਜਾਂਦਾ ਸੀ ਦੁਬਾਰੇ, ਫਿਰ ਮੇਰਾ ਵੀ ਦਿਲ ਨਾ ਮੰਨਿਆ। ਫਿਰ ਮੈਂ ਪਲੇਸਮੈਂਟ ਵਾਲੇ, ਮੇਰਾ ਪਿਓ ਅਤੇ ਉਹਦੀ ਚਿੱਠੀ ਲੈ ਕੇ ਨਾ ਐਡੀ ਕੁ ਮਿੰਟ ਬਠੇੜ ਸਾਹਿਬ ਜੀ, ਉਹਨਾਂ ਨੂੰ ਪੁੱਛਦਾ ਨਹੀਂ ਜੀ, ਕਹਿੰਦਾ ਜਵਾਕ ਜਾਂਦਾ ਸਾਡੇ ਇੱਥੇ ਗਰੀਬ ਆਦਮੀ ਨੇ, ਲੇਕਿਨ ਐਂ ਲੱਗ ਗਈ ਰਿਸ਼ਤਾ ਨਹੀਂ। ਜਦੋਂ ਤੁਸੀਂ ਵਕੀਲ ਦੇ ਨਾਲ ਤੁਹਾਨੂੰ ਲਾਤਾ ਸੀ, ਉਸ ਤੋਂ ਬਾਅਦ ਤੁਸੀਂ ਕੀ ਨੌਕਰੀ ਕੀਤੀ ਸੀ? ਮੈਂ ਤਾਂ ਕੋਈ ਨੌਕਰੀ ਨਹੀਂ ਕੀਤੀ, ਮੈਂ ਤਾਂ ਵਕੀਲ ਨਾਲ ਸੀ, ਤਾਂ ਵੱਡਾ ਫਿਰ ਛੋਟੇ ਨੂੰ ਲੈ ਕੇ ਪੂਰੀ ਨੂੰ ਵੀ ਲੈ ਕੇ। ਤੁਹਾਡੇ ਵਿਆਹ ਤੋਂ ਬਾਅਦ ਬੱਚੇ ਕੌਣ ਕੌਣ ਸੀਗੇ ਪਰਿਵਾਰ 'ਚ? ਇਹ ਗੁੱਡੀਆਂ ਸੀ, ਲੜਕਾ ਹੋਇਆ ਸੀਗਾ। ਅੱਛਾ ਜੀ, ਅਤੇ ਲੜਕਾ ਵੀ ਸਰਗਵਾ ਸਕਦਾ ਸੀ ਅਤੇ ਆਪ ਵੀ ਸਰਗਵਾ ਸਕਦਾ ਸੀ, ਜੇ ਕਿਤੇ ਜਿਉਂਦੇ ਰਹਿੰਦੇ ਤਾਂ ਮੇਰੇ ਵਰਗਾ ਰਾਜਾ ਕਿਹੜਾ ਸੀ। ਕਿੰਨੀਆਂ ਗੁੱਡੀਆਂ ਸੀ ਤੁਹਾਡੇ ਜੀ? ਉਮਰ ਮੇਰੀ ਨਹੀਂ, ਆਪਣੇ ਬੇਟੀਆਂ ਕਿੰਨੀਆਂ ਸੀਗੀਆਂ? ਤਿੰਨ ਗੁੱਡੀਆਂ ਸੀ, ਤਿੰਨ ਮਰ ਗਈ ਸੀ ਬਹੁਤ। ਅੱਛਾ, ਫਿਰ ਮੇਰੇ ਹੁੰਦੀਆਂ ਪੜ੍ਹ ਕੇ ਗਿਆ ਡੀ ਐਸ ਪੀ, ਮੈਨੂੰ ਕਹਿੰਦਾ ਮੈਂ ਤਾਂ ਬੀ ਐਡ ਕਰ ਲਈ, ਮੈਂ ਕਿਹਾ ਜੀ ਗੁੱਡੀਆਂ ਤਿੰਨ, ਮੈਂ ਕਰਕੇ ਮੁੱਲ ਲਾਉਣ ਨਹੀਂ ਲਵਾਂ, ਅਸੀਂ ਮਹਿੰਦਰ ਨੂੰ ਇੱਥੇ ਲੈ ਕਰਾਂਗੇ, ਅਤੇ ਅੱਜ ਮੈਂ ਆਹ ਸਬਜ਼ੀ ਲੱਗੀ ਫਿਰ ਮੇਰੇ ਵੀ ਟਾਈਮ ਟੱਪੀ ਜਾ ਕਰੂੰਗਾ, ਪਰ ਤੈਨੂੰ ਨਹੀਂ ਗੁੱਲ ਲਾਉਣ ਦਿੰਦਾ, ਉਹਨੇ ਸੁਣੀ ਟੂਟਾ ਵੱਡਾ ਮੂੰਹ ਤਾਂ ਸਿਰ। ਮੈਂ ਉਹਨਾਂ ਬਾਰੇ ਸਗੋਂ ਸੋਚੀ ਜਾਵਾਂ, ਗੁੱਡੀਆਂ ਨੂੰ ਗੁੱਡੀ 'ਚ ਇਹਨਾਂ ਨੂੰ ਬਿਠਾ ਜਾਵਾਂਗੇ, ਅਤੇ ਫਿਰ ਸਕੂਲ 'ਚ ਲਾ ਜਾਵਾਂਗੇ, ਅਤੇ ਚਲਾ ਜਾ ਬਹੁਤ ਕਰੂੰਗੇ, ਉਸ ਮੈਨੂੰ ਪੈਨਸ਼ਨ ਮਿਲ ਜਾਂਦੀ ਹੈ, ਟਾਈਮ ਪਾਸ ਕਰੀ ਜਾਵਾਂਗੇ। ਹੁਣ ਤੁਸੀਂ ਇਕੱਲੇ ਰਹਿ ਰਹੇ ਹੋ? ਹਾਂਜੀ, ਇਕੱਲੇ ਜੀ, ਫਿਰ ਜੀ ਬੱਚੇ ਨਹੀਂ ਸੀ। ਅਤੇ ਗੁਜ਼ਾਰਾ ਕਿਵੇਂ ਚੱਲਦਾ ਫਿਰ? ਰੋਟੀ ਪਾਣੀ ਤੁਸੀਂ ਖੁਦ ਬਣਾਉਂਦੇ? ਰੋਟੀ ਪਾਣੀ ਮੈਂ ਆਪ ਹੀ ਕਰਦਾ। ਆਪ ਹੀ ਬਣਾਉਂਦੇ? ਹਾਂਜੀ। ਕੋਈ ਹੋਰ ਰਿਸ਼ਤੇਦਾਰ ਜਾਂ ਬੱਚੇ ਆਪਣੇ, ਇਹ ਨਹੀਂ ਸੋਚਿਆ ਵੀ ਤੁਸੀਂ ਆਪਣੇ ਬੇਟੀਆਂ ਕੋਲ ਚਲੇ ਜਾਓ? ਨਾ, ਤਸੱਲੀ ਨਹੀਂ, ਉਹਨਾਂ 'ਤੇ ਭਰੋਸਾ ਨਹੀਂ ਹੈਗਾ? ਨਾ, ਬੇਟੀਆਂ 'ਤੇ ਨਹੀਂ ਹੈਗਾ ਜਾਂ ਉਹਦੇ ਸਹੁਰੇ ਪਰਿਵਾਰ? ਨਾ। ਅੱਛਾ, ਅੱਜ ਤਾਂ ਮੈਂ ਜਾਂਦਾ ਹੁਣ, ਸਾਰੇ ਉਹ ਵੀ ਮੇਰੇ ਆਉਂਦੇ ਨੇ, ਮੈਂ ਵੀ ਆਉਣ ਜਾਂਦਾ ਹੁਣ, ਜਿਹੜਾ ਜੋ ਕੋਈ ਚੀਜ਼ ਦੀ ਲੋੜ ਹੁੰਦੀ ਲੈ ਜਾਂਦੇ, ਮੇਰੇ ਤੋਂ ਮੈਂ ਵੀ ਲਿਆਉਣਾ। ਨਹੀਂ, ਤੁਹਾਡਾ ਜਿੱਥੇ ਹੁਣ ਘਰ ਆ, ਇੱਥੇ ਤੁਸੀਂ ਰਹਿ ਰਹੇ ਹੋ, ਤੁਸੀਂ ਮਾਨਸਾ ਜ਼ਿਲ੍ਹੇ 'ਚ ਰਾਪਰ ਰਹਿ ਰਹੇ ਹੋ, ਉੱਥੇ ਜਿਹੜੇ ਤੁਹਾਡੇ ਗੁਆਂਢੀ ਨੇ, ਉਹ ਨਹੀਂ ਤੁਹਾਡੀ ਕੋਈ ਮਦਦ ਕਰਦੇ? ਉਹ ਇਹੋ ਜਿਹੀ ਹੈ ਜੀ, ਤੁਹਾਨੂੰ ਕੀ ਦੱਸੀਏ, ਮੈਂ ਆਖਿਆ ਪਖਾਰੇ 'ਤੇ ਰੱਖੜਾ ਲਿਆਉਣਾ ਸੀਗਾ, ਕਈਆਂ ਨੂੰ ਆਖਿਆ ਸੀਗਾ, ਅਤੇ ਉਹ ਮਿਸਤਰੀ ਦੀ ਗੱਲ ਲੰਘੋ,
ਉਹਦੇ ਉਹਦੇ ਕੰਮ ਮੁੱਕਦੇ ਨੇ ਜਿਹਦੇ ਉੱਥੇ ਚਾਰ ਭੈਣ ਵੀ ਚੱਕ ਕੇ ਲੈ ਜਾਂਦੀ ਹੈ ਧੰਦੇ ਤਾਂ ਉਹਦੇ ਮੁੱਕਦੇ ਆ ਰਜਿਸਟਰੀ ਲੈ ਗਈ ਚੱਕ ਕੇ ਕੌਣ ਆਇਆ ਉਹ ਫੀਸ ਕੱਟਣ ਵਾਲੀ ਕੁੜੀ ਅੱਛਾ ਇੱਥੇ ਆਈ ਤੁਹਾਡੇ ਕੋਲ ਹਾਂ ਅੱਛਾ ਮੈਂ ਕਿਤੇ ਤਰ੍ਹਾਂ ਚਲਾ ਗਿਆ ਅਤੇ ਮਗਰ ਰਜਿਸਟਰੀ ਲੈ ਗਈ ਅਤੇ ਗੜਵਾ ਚੱਕ ਕੇ ਲੈ ਗਈ ਕੁੜੀ ਆਪਣੀ ਕੁੜੀ ਆਪਣੀ ਰਜਿਸਟਰੀ ਲੈ ਕੇ ਚੱਕ ਹਾਂ ਜੇ ਮੈਂ ਢਿੱਲਾ ਹੋ ਗਿਆ ਹਾਂ ਆਹ ਵੀ ਲੈ ਚਲੋ ਗੱਸੀ ਚੁੱਲ੍ਹਾ ਵੀ ਲੈ ਚਲੋ ਅੱਛਾ ਉਹਦਾ ਪਾਣੀ ਵਾਲੇ ਵੀ ਲੈ ਜਾਓ ਇਹਦੇ ਜਿੰਦੇ ਵੀ ਭੰਨੋ ਟਰੰਕ ਵੀ ਭੰਨੋ ਤੁਸੀਂ ਐਂ ਨਹੀਂ ਸੋਚਿਆ ਜਦੋਂ ਤੁਹਾਡੀ ਉਮਰ ਹੋਰ ਜ਼ਿਆਦਾ ਵੱਡੀ ਹੋ ਜੂਗੀ ਅਤੇ ਤੁਹਾਡੀ ਫਿਰ ਸਾਂਭ ਸੰਭਾਲ ਕੌਣ ਕਰੂ ਅਗਰ ਸੋਚਿਆ ਨਹੀਂ ਸਾਂਭ ਸੰਭਾਲ ਇਹੋ ਜਿਹਾ ਗਿਆ ਬਸ ਹੁਣ ਤੁਸੀਂ ਤੁਰੇ ਫਿਰਦੇ ਹੋ ਜਦੋਂ ਤੁਸੀਂ ਅੱਗੇ ਹੋਰ ਤੁਹਾਡੀ ਉਮਰ ਜ਼ਿਆਦਾ ਹੋ ਗਈ ਤੁਸੀਂ ਤੁਰਨ ਫਿਰਨ ਦੇ ਕਾਬਲ ਨਹੀਂ ਰਹੋਗੇ ਉਦੋਂ ਫਿਰ ਤੁਸੀਂ ਸੋਚਿਆ ਨਹੀਂ ਤੁਹਾਡੀ ਸਾਂਭ ਸੰਭਾਲ ਕੌਣ ਕਰੂਗਾ ਫਿਰ ਉਹ ਟਾਂਡੀਆਂ ਵਾਲੇ ਹੈਗੇ ਨੇ ਵੀ ਹੈਗੀ ਫਿਰ ਮੋਚੇ ਇੱਕ ਬੇਟੀ ਤੁਹਾਡੀ ਟਾਂਡੀਆਂ ਵਿਆਹੀ ਹੈ ਆਪਣਾ ਮਾਨਸਾ ਜ਼ਿਲ੍ਹੇ 'ਚ ਪਿੰਡ ਟਾਂਡੀਆਂ ਉੱਥੇ ਵਿਆਹੀ ਹੈ ਓਕੇ ਓਕੇ ਹੁਣ ਮੈਂ ਅਗਲਾ ਕਮਰਾ ਮਿੱਟੀ ਛੱਟਿਆ ਕੇ ਉੱਚਾ ਕਰਾਊਂਗਾ ਅੱਛਾ ਕੰਧਾ ਟੱਪ ਦਿਨ ਚੜ੍ਹਦੇ ਨਾਲ ਨਾ ਕੰਧਾ ਟੱਪ ਲਾ ਤੁਹਾਡੀ ਕੋਈ ਇੱਛਾ ਹੈ ਤੁਸੀਂ ਕੁਛ ਚਾਹੁੰਦੇ ਹੋ ਜਾਂ ਤੁਸੀਂ ਰੱਬ ਨੂੰ ਮੰਨਦੇ ਹੋ ਤੁਹਾਡੀ ਕੋਈ ਇੱਛਾ ਹੋਵੇ ਮੇਰੀ ਆਹ ਇੱਛਾ ਹੁਣ ਪੂਰੀ ਹੋ ਜਾਵੇ ਕੋਈ ਹੈ ਇੱਛਾ ਨਹੀਂ ਜੀ ਕੋਈ ਇੱਛਾ ਕੋਈ ਇੱਛਾ ਨਹੀਂ ਨਾ ਇੱਛਾ ਸੀਗੀ ਪਰਮਾਤਮਾ ਕੋਈ ਨਹੀਂ ਮੈਂ ਗੁਰਦੁਆਰੇ ਜਾ ਕੇ ਆਊਂਗਾ ਠੰਡ ਦੇ ਕਰਕੇ ਕੰਮ ਕਰਕੇ ਮੈਂ ਨਹੀਂ ਜਾਂਦਾ ਮੈਂ 100 ਰੁਪਏ ਮੱਥਾ ਦੇ ਕੇ ਆਉਣਾ ਹੁੰਦਾ ਤਾਂ ਬਾਬਾ ਜੀ ਮੇਰੇ ਨਾਲ ਦੇ ਕੇ ਰੱਖ ਪਰਮ ਜੀ ਐਡਾ ਹਰਾ ਲੰਮਾ ਐਡਾ ਹਰਾ ਚੌੜਾ ਨਵੇਂ ਸਾਲ ਦਾ ਉਸ ਅਸਲ ਮਿੱਠੋ ਭਰਾ ਲੈਂਦੀ ਆ ਅਤੇ ਮੈਂ 4-10 ਕਿਤ ਕਰ ਕਰਤੇ ਅਤੇ ਉੱਥੇ ਜਦੋਂ ਪਾਸ ਹੋ ਗਏ ਤਾਂ ਮੈਂ 16-17 ਤਰੀਕ ਨੂੰ ਗਿਆ ਅਤੇ ਮੇਰੇ ਕੰਪਲੀਟ ਵੰਡ ਤੋਂ ਪਹਿਲਾਂ ਹਿੰਦੂ ਮੁਸਲਮਾਨ ਸਿੱਖ ਸਾਰੇ ਇਕੱਠੇ ਰਹਿੰਦੇ ਸੀ ਸਾਰੇ ਇਕੱਠੇ ਤੇ ਤੁਸੀਂ ਫਿਰ ਕੀ ਕਾਰਨ ਮੰਨਦੇ ਵੀ ਫਿਰ ਅੱਡ ਕਿਉਂ ਹੋਏ ਕਤਲੇਆਮ ਕਿਉਂ ਹੋਇਆ ਉਹਦੇ ਬਾਰੇ ਤੁਸੀਂ ਕੀ ਕਾਰਨ ਮੰਨਦੇ ਇਹ ਜੀ ਜਦੋਂ ਗਾਂਧੀ ਸਾਹਿਬ ਦੇ ਰਾਜ ਵੇਲੇ ਮੈਨੂੰ ਵੀ ਪਤਾ ਵੀ ਗਾਂਧੀ ਸਾਹਿਬ ਵੀ ਰਾਜ ਕਰ ਗਏ ਸੀ ਸਾਡੀ ਨੇੜੇ ਕਰਨ ਦਾ ਸੀ ਅੱਛਾ ਜੀ ਦੋ ਫੁਲਕੇ ਤੂੰ ਪਛਾਦੇ ਲੈ ਕੇ ਇੰਨੇ ਕੱਪੜੇ ਤੂੰ ਲੈ ਕੇ ਬੱਕਰੀ ਦੇ ਸੌਂਕ ਸੀ ਜਿਹੜੇ ਸੀ ਕਰਤਾ ਅੱਛਾ ਉਹਨੇ ਮੈਂ ਪਹਿਲਾਂ ਰਾਜ ਕਰਿਆ ਨਹੀਂ ਮਤਲਬ ਤੁਸੀਂ ਕਾਰਨ ਕੀ ਮੰਨਦੇ ਹੋ ਵੀ ਇਹ ਵੰਡ ਕਿਉਂ ਹੋਈ ਹੈ ਜੀ ਰੱਬ ਨੇ ਰੱਬ ਜਾਣੇ ਕੀ ਪਤਾ ਕੀ ਕਿਤੇ ਤਾਂ ਮਹਾਰਾਜ ਦੀ ਹੋਈ ਪਤਾ ਇਹੋ ਜਿਹਾ ਵੰਡ ਹੋਇਆ ਮੁੜ ਕੇ ਇਹ ਕਹਿੰਦੇ ਸਾਡੀਆਂ ਮੁਸਲਮਾਨੀਆਂ ਸਾਡੀ ਸਾਡੀਆਂ ਜਨਾਨੀਆਂ ਮੋੜ ਦਿਓ ਉਹ ਕਹਿੰਦੇ ਸਾਡੀਆਂ ਜਨਾਨੀਆਂ ਮੋੜ ਦਿਓ ਜੋ ਜਨਾਨੀ ਮੋੜ ਬਣਾਈ ਹੋਵੇ ਫਿਰ ਅਖੇ ਸਾਡੀਆਂ ਗੁਰਦੁਆਰੇ ਦੇ ਦਿਓ ਉਹ ਕਹਿੰਦੇ ਸਾਡੀਆਂ ਮਸਜਿਦਾਂ ਦੇ ਦਿਓ ਯਾਦ ਆਉਂਦੀ ਹੈ ਮਾਂ ਬਾਪ ਦੀ ਜਾਂ ਤੁਹਾਡਾ ਪਰਿਵਾਰ ਜਿਹੜਾ ਪਿੱਛੇ ਯਾਦ ਆਉਂਦੀ ਹੈ ਕਦੇ ਉਹਨਾਂ ਨੂੰ ਯਾਦ ਤਾਂ ਹੁੰਦੀ ਹੈ ਆਉਂਦੀ ਹੈ ਨਾ ਆਪਦੇ ਮਾਂ ਪਿਓ ਆਪਦੇ ਹੀ ਜਦੋਂ ਕੋਈ ਕਿਤੇ ਦੂਰ ਨੇੜੇ ਚਲਾ ਜਾਂਦਾ ਘਰ ਵਾਲੇ ਉਹ ਬੀਬੀ ਮੇਰੀ ਮਾਂ ਲੱਭਦੇ ਬੀਬੀ ਮਿੰਦਰ ਸਾਡੇ ਕੋਲ ਚਲ ਬੱਚੇ ਤੁਹਾਡੇ ਕੋਲ ਸਾਨੂੰ ਕੀ ਫਿਕਰ ਆ ਜਿੱਥੇ ਤੁਸੀਂ ਰਹਿੰਦੇ ਸੀ ਲਾਹੌਰ ਦੇ ਵਿੱਚ ਉੱਥੇ ਤੁਹਾਡੇ ਕੋਈ ਨਿਸ਼ਾਨੀ ਯਾਰ ਆ ਤੁਹਾਡੇ ਆਸ ਪਾਸ ਕੋਈ ਗੁਰਦੁਆਰਾ ਸਾਹਿਬ ਕੋਈ ਮਸਜਿਦ ਮਸਜਿਦ ਜਾਂ ਕੋਈ ਮੰਦਰ ਬਣਿਆ ਹੋਇਆ ਸੀ ਗੁਰਦੁਆਰਾ ਸੀ ਗੁਰਦੁਆਰਾ ਸੀ ਗੁਰਦੁਆਰਾ ਸੀ ਤੁਹਾਡੇ ਕੋਈ ਘਰ ਦਾ ਪਤਾ ਯਾਦ ਆ ਵੀ ਕਿਹੜੀ ਗਲੀ ਨੰਬਰ ਸੀ ਜਾਂ ਕੋਈ ਯਾਰ ਆ ਤੁਹਾਡੇ ਕਿੰਨਾ ਨੰਬਰ ਗਲੀ ਨੰਬਰ ਗਲੀ ਦੇ ਨੰਬਰ ਦਾ ਕੋਈ ਮੈਂ ਨਿਆਣਾ ਸੀਗਾ ਮੈਨੂੰ ਤਾਂ ਪਤਾ ਨਹੀਂ ਆ ਅੱਛਾ ਪਰ ਪਤਾ ਸਰ ਉਹ ਵੇਲੇ ਨਾ ਕੱਚੇ ਘਰ ਹੁੰਦੇ ਅੱਛਾ ਕੱਚੇ ਗੁਰਦੁਆਰੇ ਤੁਹਾਡਾ ਘਰ ਜਿੱਥੇ ਤੁਸੀਂ ਰਹਿੰਦੇ ਸੀ ਉਹ ਕੱਚਾ ਘਰ ਸੀਗਾ ਹਾਂ ਉਹਨਾਂ ਦਾ ਕਿਰਾਏ 'ਤੇ ਹੀ ਰਹਿੰਦੇ ਸੀ ਪੱਕਾ ਅੱਛਾ ਤੁਸੀਂ ਕਿਰਾਏ 'ਤੇ ਰਹਿੰਦੇ ਸੀ ਹਾਂ ਉਹਦੇ ਮਕਾਨ ਮਾਲਕ ਸੀ ਉਹ ਕੌਣ ਸੀਗੇ ਉਹ ਪਤਾ ਨਹੀਂ ਕਹਿੰਦਾ ਕਲੇਮ ਬਣਾ ਲਾਂਗੇ ਕਲੇਮ ਬਣਾ ਲਾਂਗੇ ਕਲੇਮ ਬਣਾ ਲਾਂਗੇ ਨਹੀਂ ਉਹ ਸਿੱਖ ਪਰਿਵਾਰ ਸੀ ਹਿੰਦੂ ਸੀ ਜਾਂ ਮੁਸਲਿਮ ਪਰਿਵਾਰ ਸਿੱਖ ਸੀਗੇ ਜੀ ਸਿੱਖ ਸੀਗੇ ਸਿੱਖ ਉਹਨਾਂ ਦਾ ਕੀ ਕਾਰੋਬਾਰ ਸੀ ਪਤਾ ਨਹੀਂ ਆਪਾਂ ਨਿਆਣੇ ਸੀ ਮੈਂ ਠੀਕ ਤੁਸੀਂ ਇਕੱਲੇ ਰਹਿੰਦੇ ਹੋ ਹਾਂ
ਕਿ ਤੁਹਾਡੀ ਕੋਈ ਮੰਗ ਹੈ ਵੀ ਤੁਹਾਨੂੰ ਕੋਈ ਪ੍ਰਸ਼ਾਸਨ ਤੋਂ ਕੋਈ ਸਹਾਇਤਾ ਮਿਲੇ ਜਾਂ ਪਿੰਡ ਦੇ ਤੁਹਾਡੀ ਕੋਈ ਮਦਦ ਕਰਨ ਜਾਂ ਪਿੰਡ ਦੀ ਪੰਚਾਇਤ ਤੁਹਾਡੀ ਕੋਈ ਮਦਦ ਕਰੇ, ਕੋਈ ਮੰਗ ਹੈ ਤੁਹਾਡੀ? ਨਾ ਜੀ, ਨਾ ਕੋਈ ਮੰਗ ਨਹੀਂ। ਗੁਜ਼ਾਰਾ ਵਧੀਆ ਹੋ ਰਿਹਾ ਤੁਹਾਡੇ ਸਾਹਿਬ? ਮਸਾਂ ਠੰਡ 'ਚ ਨਿਕਲ ਰਹੀ ਆ ਅਤੇ ਗੁਰਦੁਆਰੇ ਮੈਂ ਮੱਥਾ ਟੇਕਣ ਜਿੱਦਾਂ ਉੱਥੇ ਕੱਢਿਆ ਸੀ ਜਲੂਸ, ਮੈਂ 100 ਰੁਪਏ ਮੱਥਾ ਟੇਕ, ਉੱਥੇ ਸਾਡੇ ਕੋਲ ਹੀ ਚੱਲ ਜਾਂਦਾ ਕੰਮ, ਅਤੇ ਉੱਥੇ 200 ਰੁਪਏ ਮੱਥਾ ਟੇਕ। ਮਾੜਾ ਸੱਚੀ ਪਾਤਸ਼ਾਹ ਤੰਦਰੁਸਤ ਆ, ਕੋਈ ਨਹੀਂ ਕਿਸੇ ਦਾ, ਨਾ ਪੁੱਤਰਾਂ ਦੀ ਨਾ ਕੋਈ ਨਹੀਂ ਕਿਸੇ ਦੀ। ਭਾਅ ਜੀ ਆਵਾਜ਼ੀ ਕੌਮ ਟੀ ਵੀ ਵੱਲੋਂ ਅਤੇ ਅਸੀਂ ਆਪਣੇ ਵੱਲੋਂ ਅਸੀਂ ਤੁਹਾਡੀ ਹਰ ਸੰਭਵ ਮਦਦ ਕਰਨ ਨੂੰ ਤਿਆਰ ਹਾਂ। ਤੁਸੀਂ ਚਾਹੁੰਦੇ ਹੋ ਕੋਈ ਮੰਗ ਹੈ ਤੁਹਾਡੀ, ਅਸੀਂ ਤੁਹਾਡੀ ਕੋਈ ਸੇਵਾ ਕਰ ਸਕਦੇ ਹਾਂ? ਨਾ ਜੀ ਨਾ, ਬਸ ਸੇਵਾ ਸੇਵਾ ਮੇਰੀ ਹੋਈ ਪਈ ਆ। ਸ਼ਾਬਾਸ਼ ਤੁਹਾਡੇ ਪਰਮਾਤਮਾ ਸੱਚੇ ਪਾਤਸ਼ਾਹ ਤੰਦਰੁਸਤ ਮੁਕਤ ਸੱਚੇ ਪਾਤਸ਼ਾਹ, ਤੁਸੀਂ ਮੈਨੂੰ ਹੌਸਲਾ ਦਿੱਤਾ, ਮੇਰੇ ਆਪਦੇ ਜਵਾਕ ਨਹੀਂ ਹੌਸਲਾ ਦਿੱਤਾ। ਸੋ ਦਰਸ਼ਕੋ, ਇਹ ਸੀਗੇ ਆਪਣੇ ਬਾਬਾ ਮਹਿੰਦਰ ਸਿੰਘ ਜੀ, ਜਿਨ੍ਹਾਂ ਨਾਲ ਆਪਾਂ ਗੱਲਾਂ ਬਾਤਾਂ ਕੀਤੀਆਂ, ਜਿਨ੍ਹਾਂ ਨੇ ਆਪਣਾ ਪਾਕਿਸਤਾਨ ਤੋਂ ਲੈ ਕੇ ਭਾਰਤ ਆਉਣ ਤੱਕ ਦਾ ਸਫ਼ਰ ਸਾਡੇ ਨਾਲ ਸਾਂਝਾ ਕੀਤਾ। ਸੋ ਅਗਲੀ ਵਾਰ ਫਿਰ ਕਿਸੇ ਨਵੀਂ ਸ਼ਖਸੀਅਤ ਦੇ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ। ਤਦ ਤੱਕ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।